ਸੱਚੀ ਕਾਲ ਟੈਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਰ ਸੰਦੀਰ ਬੀਬੀ ਐਮਬੀ ਨੂੰ ਲੈ ਕੇ ਹੁਣ ਪੰਜਾਬ ਤੇ ਰਾਜਸਥਾਨ ਆਮੋ ਸਾਹਮਣੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਦੱਸਦੇ ਕਿ ਜੈਪੁਰ ਦੇ ਵਿੱਚ ਮੀਟਿੰਗ ਹੁੰਦੀ ਹੈ ਜਿਸ ਦੌਰਾਨ ਬੀਬੀ ਐਮਬੀ ਦਾ ਮੁੱਦਾ ਚੱਕਿਆ ਜਾਂਦਾ ਹੈ ਤੇ ਰਾਜਸਥਾਨ ਨੂੰ ਪਰਮਨੈਂਟ ਮੈਂਬਰ ਬਣਾਉਣ ਦੀ ਜਿਹੜੀ ਹੈ ਗੱਲ ਇਹਦੇ ਇਸ ਮੀਟਿੰਗ ਦੇ ਵਿੱਚ ਆਖੀ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਲਗਾਤਾਰ ਇਸ ਮੁੱਦੇ ਦੇ ਉੱਤੇ ਵੀ ਵਿਵਾਦ ਖੜਾ ਹੋ ਗਿਆ ਪਹਿਲਾਂ ਹਰਿਆਣਾ ਵਰਸਸ ਪੰਜਾਬ ਹੋ ਰਿਹਾ ਸੀ ਤੇ ਹੁਣ ਰਾਜਸਥਾਨ ਵਰਸਸ ਪੰਜਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਦੱਸ ਜਿ ਕਿ ਇਸ ਮੀਟਿੰਗ ਦੇ ਵਿੱਚ ਭਾਜਪਾ ਦੇ ਆਗੂ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਰਾਜਸਥਾਨ ਦਾ ਪੱਖ ਰੱਖਿਆ ਗਿਆ ਤੇ ਕਿਹਾ ਗਿਆ ਇਹ ਮੰਗ ਵੀ ਜਿਹੜੀ ਕੀਤੀ ਗਈ ਕਿ ਰਾਜਸਥਾਨ ਨੂੰ ਬੀਬੀਐਮਪੀ ਦਾ ਸਥਾਈ ਮੈਂਬਰ ਯਾਨੀ ਕਿ ਪਰਮਨੈਂਟ ਮੈਂਬਰ ਜਿਹੜਾ ਹੈ ਬਣਾਇਆ ਜਾਵੇ ਤਾਂ ਦੱਸ ਜਿ ਕਿ ਇਸ ਮੀਟਿੰਗ ਦੇ ਵਿੱਚ ਕਈ ਅਹਿਮ ਜਿਹੜੇ ਨੇ ਫੈਸਲੇ ਵੀ ਲਿੱਤੇ ਗਏ ਪਰ ਸਭ ਤੋਂ ਦਾ ਵੱਡਾ ਮੁੱਦਾ ਜਿਹੜਾ ਇਸ ਮੀਟਿੰਗ ਦੇ ਵਿੱਚ ਰਾਜਸਥਾਨ ਨੂੰ ਜਿਹੜਾ ਪਰਮਨੈਂਟ ਮੈਂਬਰ ਬਣਾਉਣ ਦੀ ਗੱਲ ਆਖੀ ਗਈ ਤਾਂ ਪਾਕੜਾ ਵਿਆਸ ਮੈਨੇਜਮੈਂਟ ਬੋਰਡ ਦਾ ਹੁਣ ਮੁੱਦਾ ਜਿਹੜਾ ਇੱਕ ਵਾਰ ਫਿਰ ਤੋਂ ਪੱਕਦਾ ਹੋਇਆ ਨਜ਼ਰ ਆ ਰਿਹਾ ਤਾਂ ਜੈਪੁਰ ਦੇ ਵਿੱਚ ਨਾਰਥ ਕੌਂਸਲ ਮੀਟਿੰਗ ਜਿਹੜੀ ਹੈ ਰੱਖੀ ਜਾਂਦੀ ਹੈ ਤੇ ਉਸ ਦੇ ਵਿੱਚ ਇਹ ਮੁੱਦਾ ਉਠਾਇਆ ਜਾਂਦਾ ਤਾਂ ਪੰਜਾਬ ਨੇ ਲਗਾਤਾਰ ਰਾਜਸਥਾਨ ਦਾ ਵਿਰੋਧ ਕੀਤਾ ਤੇ ਦੱਸ ਦिए ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਜਸਥਾਨ ਦੇ ਪੱਖ ਦੇ ਵਿੱਚ ਨਜ਼ਰ ਆਇਆ ਤਾਂ ਮੀਟਿੰਗ ਦੇ ਵਿੱਚ ਪੰਜਾਬ ਤੇ ਰਾਜਸਥਾਨ ਅੰਮੋ ਸਾਹਮਣੇ ਹੁੰਦੇ ਹੋਏ ਨਜ਼ਰ ਆਇਆ ਤਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਪਰਮਨੈਂਟ ਮੈਂਬਰ ਬਣਨ ਦੀ ਗੱਲ ਜਿਹੜੀ ਹੈ ਮੰਗ ਵੀ ਆਖੀ ਗਈ ਹੈ ਰਾਜਸਥਾਨ ਦੇ ਵੱਲੋਂ ਇਹ ਮੰਗ ਜਿਹੜੀ ਹੈ ਕੀਤੀ ਗਈ ਹੈ ਦੂਜੇ ਪਾਸੇ ਪੰਜਾਬ ਇਸ ਗੱਲ ਦੇ ਉੱਤੇ ਅੜਿਆ ਰਿਹਾ ਕਿ ਇਸ ਬੋਰਡ ਦਾ ਪਰਮਨੈਂਟ ਮੈਂਬਰ ਜਿਹੜਾ ਹੈ ਰਾਜਸਥਾਨ ਨਹੀਂ ਬਣ ਸਕਦਾ ਦੂਜੇ ਪਾਸੇ ਗ੍ਰਾਮ ਮੰਤਰੀ ਅਮਿਤ ਸ਼ਾਦ ਵੱਲੋਂ ਰਾਜਸਥਾਨ ਦੇ ਪੱਖ ਦੇ ਵਿੱਚ ਜਿਹੜਾ ਇਸ ਮੀਟਿੰਗ ਦੇ ਵਿੱਚ ਨਜ਼ਰ ਆਇਆ ਤਾਂ ਇਸ ਮੀਟਿੰਗ ਦੇ ਵਿੱਚ ਜੋ ਜੈਪੁਰ ਦੇ ਵਿੱਚ ਨਾਰਥ ਕੌਂਸਲ ਮੀਟਿੰਗ ਹੋਈ ਸੀ ਉਸ ਦੌਰਾਨ ਕਈ ਵੱਡੇ ਮੁੱਦਿਆਂ ਦੇ ਉੱਤੇ ਜਿਹੜਾ ਗੱਲ ਹੁੰਦੀ ਹੈ ਤਾਂ ਇਸ ਦੇ ਵਿੱਚੋਂ ਇੱਕ ਮੁੱਦਾ ਅਜਿਹਾ ਜੋ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਹੁਣ ਛੜਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਵਿੱਚ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਪਰਮਨੈਂਟ ਮੈਂਬਰ ਬਣਨ ਦੀ ਮੰਗ ਜਿਹੜੀ ਹੈ ਰਾਜਸਥਾਨ ਦੇ ਵੱਲੋਂ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੰਜਾਬ ਲਗਾਤਾਰ ਇਸ ਦੀ ਵਿਰੋਧ ਕਰਦਾ ਹੈ ਤੇ Rajasthan ਨੂੰ ਇਸ ਦਾ ਪਰਮਨੈਂਟ ਮੈਂਬਰ ਨਾ ਬਣਾਇਆ ਜਾਵੇ ਜੇ ਜਾਵੇ ਅਜਿਹਾ ਜਿਹੜੀ ਹੈ ਅਪੀਲ ਇਸ ਮੀਟਿੰਗ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਪਹਿਲਾਂ ਹਰਿਆਣਾ ਦੇ ਨਾਲ ਪੰਜਾਬ ਜਿਹੜਾ ਆਮੋ ਸਾਹਮਣੇ ਹੁੰਦਾ ਹੋਇਆ ਨਜ਼ਰ ਆਉਂਦਾ ਹੈ ਜਿਸ ਤਰੀਕੇ ਦੇ ਨਾਲ ਹਰਿਆਣਾ ਨੂੰ ਵਿਧਾਨ ਸਭਾ ਦੀ ਚੰਡੀਗੜ੍ਹ ਦੇ ਵਿੱਚ ਜ਼ਮੀਨ ਮਿਲਦੀ ਹੈ ਉਸ ਤੋਂ ਬਾਅਦ ਹੁਣੇ ਨਵਾਂ ਮੁੱਦਾ ਜਿਹੜਾ ਛਿੜਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਮੁਤਾਬਿਕ ਰਾਜਸਥਾਨ ਨੂੰ ਜਿਹੜਾ ਬੀਬੀਐਮਬੀ ਦਾ ਪਰਮਨੈਂਟ ਮੈਂਬਰ ਬਣਾਉਣ ਦੀ ਮੰਗ ਜਿਹੜੀ ਹੈ ਕੀਤੀ ਜਾਂਦੀ ਹੈ ਜੈਪੁਰ ਦੇ ਵਿੱਚ ਨਾਰਥ ਕੌਂਸਲ ਮੀਟਿੰਗ ਦੇ ਦੌਰਾਨ ਪਰ ਫਿਰ ਵੀ ਪੰਜਾਬ ਇਸ ਗੱਲ ਤੇ ਅੜਿਆ ਰਹਿੰਦੇ ਕਿ ਰਾਜਸਥਾਨ ਨੂੰ ਜਿਹੜਾ ਬੀਬੀਐਮਬੀ ਦਾ ਪਰਮਨੈਂਟ ਮੈਂਬਰ ਨਹੀਂ ਬਣਾਉਣਾ ਤੇ ਲਗਾਤਾਰ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਪ੍ਰਵਕਤਾ ਵੱਲੋਂ ਵੀ ਜਿਹੜਾ ਵਿਰੋਧ ਕੀਤਾ ਜਾਂਦਾ ਹੈ ਦੂਜੇ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੜੇ ਨੇ ਰਾਜਸਥਾਨ ਦੇ ਪੱਖ ਦੇ ਵਿੱਚ ਨਜ਼ਰ ਆਉਂਦੇ ਨੇ ਤੁਹਾਨੂੰ ਯਾਦ ਦਿਲਾ ਦਿੰਦੇ ਕਿ ਜਿਸ ਤਰੀਕੇ ਦੇ ਨਾਲ ਹਰਿਆਣਾ ਦੇ ਸਰਕਾਰ ਦੇ ਨਾਲ ਵੀ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਅਰਜ਼ੀ ਮਨਜ਼ੂਰ ਕੀਤੀ ਜਾਂਦੀ ਹੈ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੀ ਜ਼ਮੀਨ ਜਿਹੜੀ ਆ ਉਹਨਾਂ ਨੂੰ ਅਲੋਟ ਕੀਤੀ ਜਾਂਦੀ ਹੈ ਮਨਜ਼ੂਰੀ ਮਿਲਦੀ ਹੈ ਤਾਂ ਹੁਣ ਇੱਕ ਵਾਰ ਫੇਰ ਤੋਂ BBMP ਦਾ ਮੁੱਦਾ ਜਿਹੜਾ ਹੈ ਪੰਜਾਬ ਦੇ ਵਿੱਚ ਛਿੜਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਇਸ ਦੀ ਮੀਟਿੰਗ ਜ਼ਰੂਰ ਜੈਪੁਰ ਦੇ ਵਿੱਚ ਹੋਈ ਹੈ ਪਰ ਇਹ ਮੁੱਦਾ ਜ਼ਰੂਰ ਵੱਡਾ ਬਣਦਾ ਹੋਇਆ ਨਜ਼ਰ ਆ ਰਿਹਾ ਤੇ ਪੰਜਾਬ ਨੇ ਰਾਜਸਥਾਨ ਦਾ ਵਿਰੋਧ ਕੀਤਾ ਇਸ ਮੰਗ ਦੇ ਉੱਤੇ ਤਾਂ BBMP ਦਾ ਪਰਮਨੈਂਟ ਮੈਂਬਰ ਬਣਨ ਦੀ ਜਿਹੜੀ ਮੰਗ ਰਾਜਸਥਾਨ ਦੇ ਵੱਲੋਂ ਕੀਤੀ ਗਈ ਪਰ ਇਸ ਦੇ ਸਖਤ ਵਿਰੋਧ ਜਿਹੜਾ ਪੰਜਾਬ ਦੇ ਵੱਲੋਂ ਕੀਤਾ ਜਾਂਦਾ ਤਾਂ ਇਸ ਮੀਟਿੰਗ ਦੇ ਵਿੱਚ ਪੰਜਾਬ ਤੇ ਰਾਜਸਥਾਨ ਜਿਹੜੇ ਨੇ ਆਮੋ ਸਾਹਮਣੇ ਹੁੰਦੇ ਨਜ਼ਰਾਂ ਦੇ ਨੇ ਤਾਂ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਦਾ ਮੁੱਦਾ ਇਸ ਦੇ ਵਿੱਚ ਚੱਕਿਆ ਜਾਂਦਾ ਕਿਸ ਨੂੰ ਮੈਂਬਰ ਬਣਾਉਣਾ ਇਸ ਦਾ ਮੁੱਦਾ ਚੱਕਿਆ ਜਾਂਦਾ ਤਾਂ ਰਾਜਸਥਾਨ ਨੂੰ ਜਿਸ ਤਰੀਕੇ ਦੇ ਨਾਲ ਪਰਮਨੈਂਟ ਮੈਂਬਰ ਬਣਾਉਣ ਦੀ ਮੰਗ ਜਿਹੜੀ ਆ ਉੱਠਦੀ ਹੈ ਇਸ ਮੀਟਿੰਗ ਦੇ ਵਿੱਚ ਤਾਂ ਨਿਖੇਦੀ ਕੀਤੀ ਜਾਂਦੀ ਹੈ ਪੰਜਾਬ ਦੇ ਵੱਲੋਂ ਪੂਰੇ ਤਰੀਕੇ ਦੇ ਨਾਲ ਇਸ ਦਾ ਵਿਰੋਧ ਕੀਤਾ ਜਾਂਦਾ ਹੈ